ਮੈਂ ਲੌਂਗੋਵਾਲ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਾਂਗਰਸ ਸਿੱਖ ਉਹ ਹੀ ਹੈ ਜਿਹੜਾ ਅਕਾਲੀ ਦਲ ਦਾ ਮੈਂਬਰ ਹੋਏਗਾ ਕਿ ਅਸੀਂ ਸਿੱਖ ਹੀ ਨਹੀਂ, ਇਹਨਾਂ ਤੋਂ ਜ਼ਿਆਦਾ ਅਸੀਂ ਸਿੱਖ ਹਾਂ, ਇਹਨਾਂ ਦੀ ਗੁਰੂ 'ਚ ਸ਼ਰਧਾ ਨਹੀਂ, ਅਸੀਂ ਸ਼ਰਧਾ ਨਾਲ ਜਾਂਦੇ ਹਾਂ, ਇਹ ਸ਼ਰਧਾ ਨਾਲ ਛੱਕਦੇ ਨੇ ਜੋ ਅਸੀਂ ਉੱਥੇ ਮੱਥਾ ਟੇਕ ਕੇ ਆਉਂਦੇ ਹਾਂ। ਅਤੇ ਕਹਿੰਦੇ ਹੁੰਦੇ ਨਾ ਕਿ ਜਦੋਂ ਗੁਰੂ ਘਰ ਦਾ ਪੋਤਾ ਖਾ ਲਓ ਅਤੇ ਉਦੋਂ ਫਿਰ ਬੁੱਧੀ ਭ੍ਰਿਸ਼ਟ ਹੁੰਦੀ ਹੈ, ਲੌਂਗੋਵਾਲ ਦੀ ਅਤੇ ਬਾਦਲ ਦੀ ਬੁੱਧੀ ਭ੍ਰਿਸ਼ਟ। ਜਿਹੜਾ ਤਨਖਾਹੀ ਹੈ ਬੰਦਾ ਸਾਡੀ ਕੌਮ ਦਾ ਸਾਡੀ SGPC ਦਾ ਬਣੇਗਾ, ਤਨਖਾਹ ਲੱਗੀ ਹੋਵੇ ਅਤੇ ਜਿਹਨੇ ਸਿੱਖੀ ਨੂੰ ਹੀ ਮਨਜ਼ੂਰ ਕਰਦਾ, ਇਹੋ ਜਿਹੇ ਬੰਦੇ ਦਾ ਜਵਾਬ ਦੇਣਾ ਮੇਰਾ ਨਹੀਂ। ਮੈਂ ਸਿੱਖ ਹਾਂ, ਬਾਅਦ 'ਚ ਮੈਂ ਕਾਂਗਰਸੀ ਹਾਂ, ਇਕੱਲਾ ਲੌਂਗੋਵਾਲ ਨੇ ਠੇਕਾ ਨਹੀਂ ਲਿਆ ਸਿੱਖੀ ਦਾ, ਮੇਰੇ ਪਿੰਡ ਤੋਂ ਉੱਠੀ ਆ ਆਵਾਜ਼। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ 'ਚ ਆਈ ਆ, ਧਾਰਵਾਲੀ ਤੋਂ ਉੱਠੀ ਆ, ਦੋਸ਼ੀ ਇਹ ਨੇ ਸਭ ਤੋਂ ਵੱਡੇ, ਜੇ ਕੋਈ ਦੋਸ਼ੀ ਆ ਗੁਰੂ ਦੀ ਬੇਅਦਬੀ ਦਾ ਉਹ ਲੌਂਗੋਵਾਲ। ਐਂਡ ਪੰਥਕ ਗੱਲ ਕਰੀਏ ਤਾਂ ਥੋੜ੍ਹੀ ਜਿਹੀ ਹੈ ਕਿ ਪਿੱਛੇ ਬੀਤੇ ਦਿਨੀ SGPC ਅਤੇ ਸਿੱਖ ਜਥੇਬੰਦੀਆਂ ਦਾ ਝਗੜਾ ਹੋਇਆ, ਉਹਦੇ 'ਚ ਸਿੱਧਾ ਕਿਹਾ ਜਾ ਰਿਹਾ ਕਿ ਸਿੱਖ ਜਥੇਬੰਦੀਆਂ ਕਾਂਗਰਸ ਸਪੋਰਟਿਡ ਨੇ ਅਤੇ ਕਾਂਗਰਸ ਪੰਜਾਬ ਦਾ ਮਾਹੌਲ ਫੇਰ। ਗੱਲ 'ਤੇ ਮੈਂ ਲੌਂਗੋਵਾਲ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਿੱਖ ਉਹ ਹੀ ਹੈ ਜਿਹੜਾ ਅਕਾਲੀ ਦਲ ਦਾ ਮੈਂਬਰ ਹੋਏਗਾ? ਉਹ ਕਹਿੰਦੇ ਨਾ, ਇਹਦਾ ਮਤਲਬ ਕਿ ਅਸੀਂ ਸਿੱਖ ਹੀ ਨਹੀਂ, ਇਹਨਾਂ ਤੋਂ ਜ਼ਿਆਦਾ ਅਸੀਂ ਸਿੱਖ ਹਾਂ, ਇਹਨਾਂ ਦੀ ਗੁਰੂ 'ਚ ਸ਼ਰਧਾ ਨਹੀਂ, ਅਸੀਂ ਸ਼ਰਧਾ ਨਾਲ ਜਾਂਦੇ ਹਾਂ, ਇਹ ਸ਼ਰਧਾ ਨਾਲ ਛੱਕਦੇ ਨੇ ਜੋ ਅਸੀਂ ਉੱਥੇ ਮੱਥਾ ਟੇਕ ਕੇ ਆਉਂਦੇ। ਪਰ ਹੁਣ ਉਹ ਕਹਿੰਦੇ ਜੀ ਜਿਹੜਾ ਝਗੜਾ ਕਰਾਇਆ ਕਾਂਗਰਸ ਨੇ ਕਰਾਇਆ, ਜਾਣ ਬੁੱਝ ਕੇ ਕਰਾਇਆ ਜੀ। ਇਹ ਤਾਂ ਇਹ ਵੀ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ BJP 'ਚ ਜਾ ਰਿਹਾ, ਜਿਹੜਾ ਕਲਾ ਹੀ ਸਟੇਟਮੈਂਟ। ਮੈਨੂੰ ਤਾਂ ਮੇਰਾ ਖਿਆਲ ਹੈ ਕਿ ਅਕਾਲੀ ਦਲ ਜਿਹੜਾ ਨਾ, ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਆ, ਇਹਨਾਂ ਨੂੰ ਸਮਝ ਨਹੀਂ ਲੱਗ ਰਹੀ, ਇਹਨਾਂ ਨੂੰ ਹੁਣ ਇਹੋ ਜਿਹਾ ਹੋ ਗਿਆ ਕਿ ਇਹ ਤੋਂ ਅਸੀਂ ਬਾਹਰ ਕਿਵੇਂ ਨਿਕਲਣਾ। ਅਤੇ ਕਹਿੰਦੇ ਹੁੰਦੇ ਨਾ ਕਿ ਜਦੋਂ ਗੁਰੂ ਘਰ ਦਾ ਪੋਤਾ ਖਾ ਲਓ ਅਤੇ ਉਦੋਂ ਫਿਰ ਬੁੱਧੀ ਭ੍ਰਿਸ਼ਟ ਹੁੰਦੀ ਹੈ, ਲੌਂਗੋਵਾਲ ਦੀ ਅਤੇ ਬਾਦਲ ਦੀ ਬੁੱਧੀ ਭ੍ਰਿਸ਼ਟ। ਬਾਦਲ ਸਾਹਿਬ ਤਾਂ ਇਹ ਕਹਿ ਰਹੇ ਜੀ ਕਿ ਕਾਂਗਰਸ ਜਿਹੜੀ ਆ ਮਾਹੌਲ ਖਰਾਬ ਕਰਨ ਕਰਕੇ ਇਸ ਤਰ੍ਹਾਂ ਦੀ ਲੜਾਈ ਝਗੜੇ ਕਾਂਗਰਸ। ਸੁਖਬੀਰ ਬਾਦਲ ਦਾ ਬਿਆਨ ਹੈ ਕਿ ਕਾਂਗਰਸ ਜਾਣਬੁੱਝ ਕੇ ਇਸ ਤਰ੍ਹਾਂ ਦੇ ਲੜਾਈ ਝਗੜੇ ਕਰਾ ਰਹੀ ਹੈ ਔਰ ਸਾਰੇ ਸਪੋਰਟ ਕਰ। ਬਾਦਲ ਨੂੰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਬਾਦਲ ਸਾਹਿਬ, ਜਿੰਨਾ ਚਿਰ ਤੁਹਾਡੀ ਧਰਮ ਪਤਨੀ ਜੀ ਮੋਦੀ ਸਰਕਾਰ 'ਚ ਰਹੇ ਨੇ, ਇੱਕ ਦਿਨ ਵੀ ਤੁਸੀਂ ਮੋਦੀ ਦਾ ਨਹੀਂ ਕੀਤਾ, ਤੁਸੀਂ ਦੋਨਾਂ ਮੀਆਂ ਬੀਵੀ ਨੇ ਬੈਠ ਕੇ ਤੋਮਰ ਦੀ ਲੈਟਰ ਲਈ ਸੋਹਲੇ ਪੜੇ, ਅਤੇ ਤੁਹਾਡੇ ਪਿਤਾ ਜੀ ਜਿਹੜੇ ਤੁਸੀਂ ਮੇਰੇ ਖਿਆਲ ਨਜ਼ਰਬੰਦ ਕਰ ਲਏ ਉਹਨਾਂ ਨੇ ਘਰ ਦੇ ਵਿੱਚ, ਇਹਨਾਂ ਨੇ ਨਿਕਲ ਨਹੀਂ ਦੇ ਰਹੇ। ਅੱਜ ਸਾਰੀ ਦੁਨੀਆ ਦੀ ਨਜ਼ਰ ਲੱਗੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਤੇ ਕਿ ਜਿਹੜੇ ਕਹਿੰਦੇ ਮੈਂ ਕਿਸਾਨੀ ਦਾ ਲੰਬੜਦਾਰ ਹਾਂ, ਮੈਂ ਪੰਜਾਬ ਦਾ, ਮੈਂ ਵੀ ਮੰਨਦਾ ਕਿ ਉਹਨਾਂ ਨੇ ਕਿਸਾਨੀ ਲਈ ਬਹੁਤ ਕੰਮ ਕੀਤਾ, ਪਰ ਅੱਜ ਕਿਉਂ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲਦੇ? ਕਿਉਂ ਇਹ ਬੋਲਦੇ ਨੇ ਜਿਹੜੇ ਪਹਿਲਾਂ ਪਿੱਠ ਥਪਥਪਾਉਂਦੇ ਰਹੇ BJP ਦੀ, ਅਤੇ ਅੱਜ ਪ੍ਰਕਾਸ਼ ਸਿੰਘ ਬਾਦਲ ਜਿਹੜੇ ਬੋਲੇ ਸੀ ਕਿ ਜਿਹੜੇ ਖੇਤੀ ਬਿੱਲ ਨੇ ਇਹ ਕਿਸਾਨਾਂ ਦੇ ਹਿੱਤ 'ਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲੇ ਨੇ, ਤੂੰ ਇਸ ਕਰਕੇ ਇਹ ਝੂਠ ਜਿਹੜਾ ਬੋਲੀ ਜਾਂਦਾ ਮਜਬੂਰੀ ਹੈ ਕਿ ਪੁੱਤਰ ਬਣੇ? ਮੈਨੂੰ ਤਾਂ ਇਹ ਆਉਂਦਾ ਕਿ ਜਿਹੜੇ ਪੋਲੀਟੀਕਲ ਬੰਦਿਆਂ 'ਤੇ ਲੋਕ ਵਿਸ਼ਵਾਸ ਕਦੋਂ ਕਰਨਾ ਬੰਦ ਕਰ ਦੇਣਗੇ? ਮੇਰੇ ਖਿਆਲ ਇਹੋ ਜਿਹੜੇ ਬੰਦੇ ਨੇ ਜਿਹੜੇ ਯੂਟਰਨ ਲੈਂਦੇ ਨੇ ਔਰ ਆਪਣੇ ਆਪ ਨੂੰ ਬਚਾਉਣ ਲਈ, ਆਪਣੇ ਬਿਜ਼ਨਸ ਬਚਾਉਣ ਲਈ ਇਹ ਗੱਲਾਂ ਕਰ ਰਹੇ ਨੇ। ਲੌਂਗੋਵਾਲ ਸਾਹਿਬ ਕੱਲ੍ਹ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਵੀ ਲਗਾਇਆ ਉਹਨਾਂ ਨੇ। ਲੌਂਗੋਵਾਲ ਸਾਹਿਬ ਕਿਤੇ ਲਾ ਸਕਦੇ? ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪਹਿਲੋ ਇਹਦੇ ਆਪਣਾ ਕਲੀਅਰ ਕਰ ਦਿਓ ਕਿ ਜਦੋਂ ਤੈਨੂੰ ਸਜ਼ਾ ਲੱਗੀ ਸੀ, ਜਿਹੜਾ ਤਨਖਾਹੀ ਆ ਬੰਦਾ ਸਾਡੀ ਕੌਮ ਦਾ ਸਾਡੀ SGPC ਦਾ ਬਣੇਗਾ, ਤਨਖਾਹ ਲੱਗੀ ਹੋਵੇ ਅਤੇ ਜਿਹਨੇ ਸਿੱਖੀ ਨੂੰ ਹੀ ਨਾ ਮਨਜ਼ੂਰ ਕਰਦਾ, ਇਹੋ ਜਿਹੇ ਬੰਦੇ ਦਾ ਜਵਾਬ ਦੇਣਾ ਮੇਰਾ ਨਹੀਂ। 328 ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਤੁਸੀਂ ਬੜੀ ਵੱਡੀ ਆਵਾਜ਼ ਚੁੱਕੀ ਸੀ ਕਿਉਂਕਿ ਮਹਾਰਾਜ ਦੇ ਸਰੂਪ ਗਾਇਬ ਹੋਏ ਨੇ, ਅਤੇ ਹੁਣ ਕੀ ਸਮਝੋ? ਹਾਲੇ ਤੱਕ ਕੋਈ ਜਵਾਬ ਨਹੀਂ ਆ। ਹਾਈ ਪਾਵਰਡ ਕਮੇਟੀਆਂ, ਬਹੁਤ ਕਮੇਟੀ ਵੱਲੋਂ SGPC ਜੇ ਅਸੀਂ, ਤੁਸੀਂ ਹੁਣੇ ਕਹਿੰਦੇ ਹੋ ਕਿ ਕਾਂਗਰਸ ਆ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ 328 ਸਰੂਪ ਜਿਹੜੇ ਚੋਰੀ ਹੋਏ ਨੇ, ਅਤੇ ਜੇ ਉੱਥੇ ਜਿਹੜੇ ਬੈਠੇ ਨੇ ਉਹਨਾਂ ਦੇ ਨਾਲ ਬੈਠ ਕੇ ਲੌਂਗੋਵਾਲ ਗੱਲ ਕਰੇ ਕਿ ਸਰੂਪ ਕਿੱਥੇ ਗਏ? ਇਹਦਾ ਮਤਲਬ ਮੈਂ, ਜੇ ਮੈਂ ਕਾਂਗਰਸ ਹਾਂ, ਮੇਰਾ ਨਹੀਂ, ਮੈਂ ਸਿੱਖ ਹਾਂ, ਬਾਅਦ 'ਚ ਮੈਂ ਕਾਂਗਰਸੀ ਹਾਂ, ਇਕੱਲਾ ਲੌਂਗੋਵਾਲ ਨੇ ਠੇਕਾ ਨਹੀਂ ਲਿਆ ਸਿੱਖੀ ਦਾ, ਮੇਰੇ ਪਿੰਡ ਤੋਂ ਉੱਠੀ ਆ ਆਵਾਜ਼। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ 'ਚ ਆਈ ਆ, ਧਾਰਵਾਲੀ ਤੋਂ ਉੱਠੀ ਆ, ਅਤੇ ਇਹ ਸਾਡੇ ਮੁਕਾਬਲੇ 'ਚ ਕੀ ਆ? ਇਹ ਨੇ ਜਿਹੜੇ ਇਹ ਤਾਂ ਵਕਾਊ ਬੰਦੇ ਨੇ, ਇਹ ਸ਼੍ਰੋਮਣੀ ਕਮੇਟੀ ਦੇ ਪੈਸੇ 'ਤੇ ਪਲਦੇ ਨੇ, ਸ਼੍ਰੋਮਣੀ ਕਮੇਟੀ ਦੇ ਗੱਡੀਆਂ ਦਾ ਮਿਸਯੂਜ ਕਰਦੇ ਨੇ, ਸ਼੍ਰੋਮਣੀ ਕਮੇਟੀ 'ਚੋਂ ਤਨਖਾਹਾਂ ਲੈਂਦੇ ਨੇ, ਇਹਨਾਂ ਬੰਦੇ ਦੇ ਦੋਸ਼ੀ ਇਹ ਨੇ ਸਭ ਤੋਂ ਵੱਡੇ, ਜੇ ਕੋਈ ਦੋਸ਼ੀ ਆ ਗੁਰੂ ਦੀ ਬੇਅਦਬੀ ਦਾ ਉਹ ਲੌਂਗੋਵਾਲ ਐਂਡ ਕਾਰਵਾਈ ਕਰੇਗੀ ਸਰਕਾਰ? ਕਰਾਂਗੇ ਬਤੌਰ ਸਿੱਖ ਦੇ ਤੌਰ ਦੇ ਉੱਤੇ, ਮੈਂ ਬਤੌਰ ਸਿੱਖ ਦੇ ਤੌਰ 'ਤੇ ਕੋਈ ਕਾਰਵਾਈ ਕਰੋਗੇ ਸਰ? ਹਾਂਜੀ, ਡਾਕੂਆਂ 'ਚ ਕੀ ਕਰੂੰਗਾ? ਠੀਕ ਹੈ ਜੀ। ਤਾਂ ਇਹ ਸੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਅੱਜ ਪਹਿਲੀ ਵਾਰ ਜਿਹੜਾ ਹੈ ਸਿੱਖ ਜਥੇਬੰਦੀਆਂ ਜਿਹੜਾ ਲੜਾਈ ਝਗੜਾ ਹੋਇਆ ਉਹਦੇ 'ਚ ਬਿਆਨ ਦਿੱਤਾ ਹੈ, ਅਤੇ ਸਿੱਧੇ ਤੌਰ 'ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ 'ਤੇ ਨਿਸ਼ਾਨਾ ਸਾਧਿਆ। ਨਾਲ ਉਹਨਾਂ ਦਾ ਆਖਣਾ ਹੈ ਕਿ ਜਿਹੜਾ ਸਿੱਖ ਹੋਣ ਦਾ ਕਿਰਦਾਰ ਉਹ ਹਰ ਕਿਸੇ ਨੂੰ ਹੈ, ਇਕੱਲੇ SGPC ਦੇ ਨਾਲ ਜੁੜਿਆ ਬੰਦਾ ਸਿੱਖ ਨਹੀਂ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।